ਬਾਂਸ ਦੇ ਯਾਰ। ਇੱਕ ਵਾਰੀ ਨਾ ਆਹ ਅਸੀਂ ਮੈਂ ਨਿੱਕਾ ਹੁੰਦਾ ਸੀਗਾ ਅਤੇ ਨਾ ਮਤਲਬ ਆਪਣੇ ਨਾਨੀ ਘਰੇ ਗਿਆ ਸੀ ਈਸ਼ੂ ਮੈਂ, ਅਤੇ ਨਾ ਮੈਂ ਅਤੇ ਮੇਰੇ ਮਾਮੇ ਨੇ ਨਾ ਉੱਥੇ ਇਹ ਸਾਰੇ ਬਾਂਸ ਦੇ ਇੱਥੇ ਦਰਖਤ ਜਿਹੜੇ ਨਾ ਇੱਦਾਂ ਮਤਲਬ ਬਾਂਸ ਅਸੀਂ ਵੱਢ ਕੇ ਲੈ ਕੇ ਗਏ ਸੀ ਇੱਕ ਮਤਲਬ, ਅਤੇ ਮੱਝਾਂ ਵਾਸਤੇ ਨਾ ਢਾਰਾ ਬਣਾਇਆ ਸੀਗਾ। ਢਾਰਾ ਸਮਝਦਾ ਜਿੱਦਾਂ ਕਿ ਮੱਝਾਂ ਦੇ ਰਹਿਣ ਵਾਸਤੇ ਘਰ ਬਣਾਇਆ ਸੀ ਮੱਝਾਂ ਦੇ ਰਹਿਣ ਵਾਸਤੇ। ਅਤੇ ਇਹ ਦੇਖੋ ਕਿੰਨਾ ਇਹਦਾ ਅੱਗੇ ਯਾਰ ਬੰਦ ਹੈਗਾ ਰਸਤਾ ਮੈਨੂੰ ਲੱਗਦਾ ਨੀ ਕਿੱਧਰ ਨੂੰ। ਅੱਛਾ ਆਹ ਨੈਪੀਆਂ ਅਤੇ ਕੋਈ ਗੰਦ ਪਾ ਗਿਆ। ਅਸੀਂ ਉਦੋਂ ਨਿੱਕੇ ਹੁੰਦੇ ਨੇ ਬਣਾਏ ਮੈਂ ਅਤੇ ਮੇਰਾ ਮਾਮਾ ਨਾ ਆਈਸ਼ੂ, ਅਸੀਂ ਨਾ ਘਰੋਂ ਪਹਿਲਾਂ ਕਿਸੇ ਦੇ ਘਰੇ ਗਏ ਅਸੀਂ, ਉੱਥੋਂ ਦਾਤ ਲੈ ਕੇ ਆਏ ਫਿਰ ਅਸੀਂ ਉਹਨੂੰ ਵੱਢਿਆ, ਵੱਢ ਕੇ ਇੱਦਾਂ ਦੋ ਬਾਂਸਾਂ ਨੂੰ ਫਿਰ ਅਸੀਂ ਘਰੇ ਲੈ ਕੇ ਆਏ। ਫਿਰ ਕਿੰਨੇ ਸਾਰੇ ਉੱਪਰ ਉਹਦੇ ਛੱਤ ਬਣਾਈ ਇੱਦਾਂ ਕਾਫੀ ਕੁਛ। ਕੀ ਹੈ ਸੱਪ ਸੁੱਪ ਤਾਂ ਨਹੀਂ ਹੈਗਾ? ਉੱਥੇ ਸੱਪ ਦੀ ਸਪੀਡ ਵੀ ਬਹੁਤ ਹੋਣੀ ਕੱਚੇ ਰਾਹ 'ਤੇ। ਆਰੇ ਖਾਂ ਨਮੋੜੀਆਂ ਸਾਰੀਆਂ ਆਹ ਜਿੱਦਾਂ ਨਿੰਮ ਹੁੰਦੀ ਆ ਨਿੰਮ ਦੀਆਂ ਨਮੋਲੀਆਂ ਹੁੰਦੀਆਂ ਉਹਨੂੰ ਲੱਗਦੀਆਂ ਜਿਹੜੀਆਂ ਉਹਨੂੰ ਨਮੋਲੀਆਂ ਕਹਿੰਦੇ ਆ। ਦੇਖੋ ਸਾਰੇ ਉਹੀ ਆ ਯਾਰ ਤੇਰੇ ਕੋਈ ਮੋਰ ਮੋਰ ਵੀ ਨਹੀਂ ਦਿਖਿਆ ਅੱਜ ਮੌਸਮ ਥੋੜਾ ਚਿਪ ਚਿਪਾਹਟ ਜਿਹਾ ਵਾਲਾ ਹੋਇਆ। ਮੈਨੂੰ ਕੁਛ ਦਿਖਿਆ ਮੋਰ ਵਰਗਾ ਕਿੱਥੇ? ਉਹ ਸਾਹਮਣੇ ਕੁਛ ਮੋਰ ਵਰਗਾ। ਇੱਦਾਂ ਦੇ ਜੰਗਲ ਜਦੋਂ ਜਾਂਦੇ ਹੋਣੇ ਆ ਉਦੋਂ ਹੀ ਸਰਵਣ ਜਿਹੜਾ ਹੋਣਾ ਉਹਦੀ ਮਾਂ ਬਾਪ ਕਹਿੰਦੇ ਹੋਣੇ ਸਾਨੂੰ ਪਾਣੀ ਪਿਲਾ ਦੇ, ਹੈ ਨਾ ਛੇਤੀ ਕਰ ਸਰਵਣ ਬੱਚਾ ਪਾਣੀ ਪਿਲਾ ਦੇ ਹੋਵੇ, ਅੰਨੜੇ ਨੇ ਮਾਪੇ ਤੇਰੇ ਜਾਨ ਬਚਾ ਦੇ ਹੋਵੇ। ਬਹਿੰਗੀ ਰੱਖ ਸਰਵਣ ਤੁਰਿਆ ਜੰਗਲ ਫਰੋਲਦਾ ਪਹੁੰਚਿਆ ਅੰਤ ਸਮੇਂ ਸੀ, ਪਾਣੀ ਨੂੰ ਦੇਖ ਆ ਗਿਆ ਸਾਹ ਸੀ ਵਿੱਚ ਸਾਹ ਦੀ ਹੋਏ, ਛੇਤੀ ਕਰ ਸਰਵਣ ਬੱਚਾ ਪਾਣੀ ਆ ਮੋਰ ਬੋਲਦਾ ਪਾਣੀ ਪਿਲਾ ਦੇ ਹੋਏ। ਗੜਵਾਸੀ ਜਦੋਂ ਡਬੋਇਆ ਭਰਨ ਲਈ ਨੀਰ ਨੂੰ, ਦਸ਼ਰਥ ਨੇ ਦੈਤ ਸਮਝ ਕੇ ਛੱਡਿਆ ਸੀ ਤੀਰ ਨੂੰ, ਤੀਰ ਖਾ ਸਰਵਣ ਪੁੱਜਿਆ ਘਰ ਸੀ ਖੁਦਾ ਦੇ ਹੋਏ, ਛੇਤੀ ਕਰ ਸਰਵਣ ਬੱਚਾ ਪਾਣੀ ਪਿਲਾ ਦੇ ਹੋਏ। ਚਮਕਾਦੇ ਦਾ ਪੁੱਤ ਰਾਤ ਨੂੰ ਨਿਕਲਦੇ ਆ, ਦਿਨ ਨੂੰ ਕਿੱਥੋਂ ਨਿਕਲਦੇ ਆ ਉਹ? ਹਨੇਰੇ ਚ ਕਿੱਥੇ ਪਰੀ ਚੁੱਪ ਰਹੀ ਜਦੋਂ ਤੂੰ ਬੋਲੇਗਾ ਨਾ। ਇਹਨਾਂ ਦੇ ਜਿਹੜੇ ਕੰਨ ਹੁੰਦੇ ਆ ਬਹੁਤ ਜ਼ਿਆਦਾ ਸ਼ਾਰਪ ਹੁੰਦੇ ਆ, ਹੈ ਨਾ, ਜਾਂ ਬਹੁਤ ਮਤਲਬ ਸੈਂਸਿਟਿਵ ਹੁੰਦੇ ਜ਼ਿਆਦਾ, ਇਹ ਝੱਟੇ ਹੀ ਕੋਈ ਨਾ ਕੋਈ ਹੈ ਨਾ ਆਹਟ ਸੁਣ ਲੈਂਦੇ ਆ। ਕਰੇ ਜੂਮ ਕਰਕੇ ਦੇਖਦਾ ਕਿ ਕਿਉਂਕਿ ਅਸੀਂ ਹਰਿਆਣੇ ਵੀ ਗਏ ਸੀ ਉੱਥੇ ਵੀ ਇਹ ਬਹੁਤ ਜ਼ਿਆਦਾ ਕੈਚ ਨਹੀਂ ਆਉਂਦੇ ਸੀਗੇ ਕਦੀ, ਉਹਦੀ ਇਹਦੀ ਜਿਹੜੀ ਪ੍ਰੋਪਰ ਵੀਡੀਓ ਉਹ ਬਣੀ ਨਹੀਂ ਪਾਈ। ਇਹ ਤਾਂ ਦੇਖੋ ਉੱਧਰ ਦੇ ਨਾਲੋਂ ਹੁਣ ਇੱਧਰਲੇ ਜੰਗਲ ਥੋੜ੍ਹਾ ਜਿਹਾ ਹੈ ਨਾ ਕਿੱਦਾਂ ਦੀ ਜਿੱਦਾਂ ਪੁੱਤ ਜਿਹੜਾ ਬੰਦਾ ਜਿੱਥੇ ਰਹਿੰਦਾ ਹੁੰਦਾ ਨਾ ਉਹਨੂੰ ਉੱਦਾਂ ਦੀ ਉੱਥੇ ਆਦਤ ਪੈ ਜਾਂਦੀ ਆ। ਜਿਹੜਾ ਬੰਦਾ ਜਿਹੜੀ ਬੰਦੇ ਦਾ ਸਰੀਰ ਬਣਾਇਆ ਨਾ ਪਰਮਾਤਮਾ ਨੇ ਉਹ ਇਸ ਤਰੀਕੇ ਨਾਲ ਬਣਾਇਆ ਕਿ ਇਹਦੇ 'ਚ ਹਰੇਕ ਚੀਜ਼ਾਂ ਕਰ ਆ ਜਾ ਸਕਦੀਆਂ, ਜਿੱਦਾਂ ਉੱਦਾਂ ਰੱਖੋਗੇ ਉੱਦਾਂ ਨਾਲ ਬਣ ਜੂਗਾ। ਔਰ ਥੋੜ੍ਹਾ ਜਿਹਾ ਰੋਕਦੇ ਹਾਂ ਅੱਗੇ ਜਾ ਕੇ ਕੁਛ ਨਾ ਕੁਛ ਵੀਡੀਓ। ਜੰਗਲ ਦੇ ਵਿੱਚ ਮੋਰ ਤਾਂ ਇੱਥੇ ਸੀਗੇ
ਹੁਣ ਉੱਡ ਉੱਡ ਗਏ ਆ, ਦੂਰ ਚਲ ਗਏ। ਵੈਸੇ ਗਰਮੀ ਵੀ ਬਹੁਤ ਜ਼ਿਆਦਾ ਨਾ, ਧੁੱਪ ਵੀ ਕਰਕੇ ਵਿਚਾਰੇ, ਉਹਨਾਂ ਨੂੰ ਵੀ ਤਾਂ ਗਰਮੀ ਲੱਗਦੀ ਆ, ਉਹ ਵੀ ਇਸ ਕਰਕੇ ਨਹੀਂ ਉੱਡ ਤਾਂ ਸਕਦੇ ਆ। ਪਰ ਜਿਹੜਾ ਮੋਰ ਹੁੰਦਾ ਨਾ, ਜਾਲੀ ਦੇ ਦੂਰ ਤੱਕ ਨਹੀਂ ਉੱਡ ਸਕਦਾ, ਉਹ ਥੋੜ੍ਹਾ ਦੂਰ ਤੱਕ ਜਾ ਸਕਦਾ। ਤੈਨੂੰ ਪਤਾ ਮੋਰ ਜਿਹੜਾ ਆ ਉਹ ਆਪਣਾ ਰਾਸ਼ਟਰੀ ਪੰਛੀ ਆ ਇੰਡੀਆ ਦਾ, ਹੈ ਨਾ। ਮੇਰੀ ਜੀਕੇ ਦੀ ਬੁੱਕ ਸੀ ਜਦੋਂ ਮੈਂ ਫਸਟ ਕਲਾਸ ਪੜ੍ਹਦਾ ਸੀ, ਉਹਦੇ ਵਿੱਚ ਇਹ ਵੀ ਲਿਖਿਆ ਕਿ ਆਪਣੇ ਇੰਡੀਆ ਦਾ ਨੈਸ਼ਨਲ ਫਲਾਵਰ ਕਿਹੜਾ, ਐਨੀਮਲ ਕਿਹੜਾ, ਉਹ ਕਿਹੜਾ ਹੈ ਬਰਡ। ਨੈਸ਼ਨਲ ਫਲਾਵਰ ਕਿਹੜਾ ਆਪਣਾ? ਲੋਟਸ। ਲੋਟਸ, ਲੋਟਸ ਮਤਲਬ ਕਮਲ ਦਾ ਫੁੱਲ। ਯੈਸ। ਅੱਛਾ, ਆਪਣਾ ਨੈਸ਼ਨਲ ਐਨੀਮਲ ਆ ਟਾਈਗਰ। ਉਹਦੇ ਵਿੱਚ ਇਹ ਵੀ ਲਿਖਿਆ ਵਾ ਕਿਹੜੇ, ਉਹਦੇ ਵਿੱਚ ਇਹਨੂੰ ਕੀ ਕਹਿੰਦੇ, ਉਹਦੇ ਵਿੱਚ ਵਾਲੇ ਨੂੰ ਕੀ ਕਹਿੰਦੇ ਆ, ਉਹਦੇ ਉੱਪਰ ਵਾਲੇ ਨੂੰ ਕਿਹੜੇ ਕਹਿੰਦੇ, ਸੰਤਰੀ ਨੂੰ, ਗ੍ਰੀਨ ਵਾਲੇ ਨੂੰ ਕੀ ਕਹਿੰਦੇ ਆ, ਕਿੱਦਾਂ ਮਤਲਬ, ਮਤਲਬ ਕਿ ਉਹਨਾਂ ਦੇ ਹੋਰ ਕੋਈ ਵੀ ਨਾਮ ਹੁੰਦੇ ਆ, ਜਿੱਦਾਂ ਔਰੇਂਜ ਦਾ ਇੱਕ ਨਾਮ ਬੋਲਦਾ, ਉਹ ਉਹਦੇ ਘੁੰਮਦਾ ਮੋਰ ਨੀ ਦੇਖੀ ਤੁਹਾਨੂੰ। ਜਦੋਂ ਬੱਦਲਾਂ ਦਾ ਮੌਸਮ ਬਣ ਜਾਂਦਾ ਨਾ, ਫਿਰ ਆਪਣੇ ਇਹ ਪੰਖ ਖੋਲ ਲੈਂਦੀ ਆ। ਹਾਂਜੀ, ਕੀ ਹਾਂ, ਇਹ ਤਾਂ ਦੇਖੀ ਨੀ, ਗੋ ਹੈਗੀ ਜੀ ਗੋ। ਹਾਂ ਦੇਖੀ ਤੈਨੂੰ ਦਰਖਤ ਪਿੱਛੇ ਪੈ ਜਾਂਦੀ, ਇਹ ਹੈ ਗੋ, ਇਹਦਾ ਨਾਮ ਆ ਪੁੱਤ, ਜਿੱਦਾਂ ਤੇਰਾ ਨਾਮ ਇਸ਼ਾਨ ਆ, ਇਹਦਾ ਚਾਹੀਦਾ ਨਾਮ ਗੋ ਆ। ਚਲੋ ਚਲੀਏ, ਫੋਟੋ ਖਿੱਚ ਲਈ। ਚਲੋ, ਫਸਟ ਟਾਈਮ ਕੁਛ ਜੰਗਲ 'ਚ ਦੇਖਣ ਲਈ ਮਿਲਿਆ ਸਾਨੂੰ, ਨਹੀਂ ਤਾਂ ਸਾਨੂੰ ਦੇਖ ਕੇ ਤਾਂ ਕਿੱਥੋਂ, ਉਹ ਨੇਵਲਾ ਭਰਾ ਸਾਡੇ ਘਰ ਬੜਿਆ ਹੋਇਆ ਕਿੰਨੇ ਦਿਨ ਦਾ, ਉੱਥੋਂ ਲੱਕੜਾਂ 'ਚ ਇੱਕ ਹਫ਼ਤਾ ਦਾ ਮਹੀਨਾ ਹੋ ਗਿਆ ਨਾ ਬੜੇ ਨੂੰ, ਹਾਲੇ ਤੱਕ ਗਿਆ ਨਹੀਂ। ਹਾਂ, ਜਦੋਂ ਅਟਟੀਰੀਆਂ ਜਿਹੀਆਂ ਬੋਲਦੀਆਂ ਹੁੰਦੀਆਂ ਨਾ, ਕਦੀ ਜ਼ਿਆਦਾ ਟੈਂ ਟੈਂ ਜਿਹਾ ਕਰਦੀਆਂ, ਹੁਣ ਸਮਝ ਲਈ ਉੱਥੇ ਜ਼ਿਆਦਾ ਕੋਈ ਸੱਪ ਸੁੱਪ ਆ, ਠੀਕ ਆ। ਇਹ ਸੱਪ ਦਾ ਉਹਨੂੰ ਲੰਘਣ ਨਹੀਂ ਦਿੰਦੀਆਂ ਹੁੰਦੀਆਂ, ਰਸਤਾ ਘੇਰਦੀਆਂ ਹੁੰਦੀਆਂ ਉਹਦਾ। ਚੱਲ ਅਜੇ ਈਸ਼ੂ ਨੇ ਵੀ ਗੋਹ ਦੇਖ ਲਈ, ਉਹ ਤਾਂ ਮੈਂ ਨਾਮ ਹੀ ਪਹਿਲੀ ਵਾਰ ਸੁਣ ਰਿਹਾ ਗੋਹ। ਖੇਤਾਂ ਖੁੱਤਾਂ ਰਹਿੰਦੇ ਬਹੁਤੇ ਇਹ, ਹੁਣ ਤਾਂ ਥੋੜ੍ਹਾ ਜਿਹਾ ਮੈਨੂੰ ਵੀ ਆ ਦੇ ਟਟੀਰੀਆਂ ਦੇਖੀ। ਪੁਰਾਣੀ ਬੁੱਕ ਦਿਖਾਊਂਗਾ ਮੇਰੀ, ਉਹ ਕੋਲ ਮੇਰੇ ਕੋਲ ਹਲੇ ਪਈ ਆ, ਮੈਂ ਤੁਹਾਨੂੰ ਦਿਖਾਊਂਗਾ। ਉਹਦੇ ਵਿੱਚ ਆਪਣੇ ਝੰਡੇ ਦਾ ਉਹ ਔਰੇਂਜ ਨੂੰ ਕਿਹਨੂੰ ਕੀ ਕਹਿੰਦੇ ਆ, ਉਹਦੇ ਵਿੱਚ ਵਾਲੇ ਗੋਲ ਦੇ ਕਲਰ ਨੂੰ ਕੀ ਕਹਿੰਦੇ ਆ, ਤਬਲੀ ਕਹਿੰਦੇ ਸਾਰਿਆਂ ਨੂੰ ਪਤਾ ਨਾ, ਅਤੇ ਉਹਦੇ ਨੀਚੇ ਵਾਲੇ ਗ੍ਰੀਨ ਨੂੰ ਕੀ ਕਹਿੰਦੇ ਆ। ਮੈਂ ਨੋਨੀ ਯਾਰ ਮਿੱਟੀ ਪੱਟ ਕੇ ਲੈ ਚਲੀ ਥੋੜ੍ਹੀ ਜਿਹੀ, ਇੱਥੋਂ ਘਰ ਗਮਲਿਆਂ 'ਚ ਪਾ ਲਾਂਗੇ, ਮੈਂ ਖਾਊਂਗਾ ਅਤੇ ਮੈਂ ਤਾਂ ਇਹ ਵੀ ਦਿਖਾਊਂਗਾ ਕਿ ਕਿਹੜਾ ਨੈਸ਼ਨਲ ਫਲਾਵਰ, ਕਿਹੜਾ ਨੈਸ਼ਨਲ ਗੋਲ, ਕਿਹੜਾ ਐਨੀਮਲ ਹੈ।